ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਅਤੇ ਆਮੇਨ। ਖੁਦਾਵੰਦ ਪ੍ਰਭੂ ਯੇਸ਼ੂ ਮਸੀਹ ਵਿੱਚ ਮੇਰੇ ਪਿਆਰੇ ਬੇਚੀਓ, ਜਰਮਿਆ ਨਬੀ 17:14 ਆਇਤ ਵਿੱਚ ਕਹਿੰਦਾ ਹੈ, ਪ੍ਰਭੂ ਤੂੰ ਮੈਨੂੰ ਚੰਗਾ ਕਰ ਤਾਂ ਮੈਂ ਪੂਰੀ ਤਰ੍ਹਾਂ ਨਾਲ ਨਰੋਇਆ ਹੋ ਜਾਵਾਂਗਾ। ਤੂੰ ਮੈਨੂੰ ਬੱਚਾ ਤਾਂ ਮੈਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋ ਜਾਵਾਂਗਾ। ਮੈਂ ਕੇਵਲ ਤੇਰੀ ਹੀ ਮਹਿਮਾ ਕਰਤਾ ਹੂੰ। ਹਾਲੇਲੂਯਾ। ਪ੍ਰਭੂ ਤੂੰ ਮੈਨੂੰ ਚੰਗਾ ਕਰ ਤਾਂ ਮੈਂ ਪੂਰੀ ਤਰ੍ਹਾਂ ਨਾਲ ਨਰੋਇਆ ਹੋ ਜਾਵਾਂਗਾ। ਤੂੰ ਮੈਨੂੰ ਬੱਚਾ ਤਾਂ ਮੈਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋ ਜਾਵਾਂਗਾ। ਮੈਂ ਕੇਵਲ ਤੇਰੀ ਹੀ ਮਹਿਮਾ ਕਰਤਾ ਰਹਿੰਦਾ ਹਾਂ। ਹਾਲੇਲੂਯਾ, ਹਾਲੇਲੂਯਾ। ਮੇਰੇ ਪਿਆਰੇ ਬੱਚਿਓ, ਅੱਜ ਦੇ ਇਸ ਵਕਤ ਅਸੀਂ ਥੋੜ੍ਹਾ ਚਿਰ ਮੰਚ ਕਰੇਗਾ। ਅੱਜ ਦਾ ਵਿਸ਼ਾ ਇਹ ਹੈ, ਜੇਕਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਚੰਗਾਈ ਪਾਓਗੇ। ਕਹਿੰਦਾ ਹੈ, ਜੇਕਰ ਤੁਸੀਂ ਵਿਸ਼ਵਾਸ ਰੱਖੇਗੇ ਤਾਂ ਚੰਗਾਈ ਪਾਓਗੇ। ਇਸ ਵਕਤ ਅਸੀਂ ਉਹਦੇ ਬਾਰੇ ਥੋੜ੍ਹਾ ਚਿਰ ਮਨ ਚਿੰਤਨ ਕਰਨਾ ਜਾ ਰਿਹਾ ਹੈ। ਰਸੂਲਾਂ ਦੇ ਕਰਤੱਵ ਉਹਦਾ 3:3, ਉਹਦਾ 1 ਤੋਂ ਲੈ ਕੇ 10 ਤੱਕ ਅਸੀਂ ਦੇਖਦੇ ਹਾਂ। ਇੱਕ ਦਿਨ ਪਤਰਸ ਅਤੇ ਯੋਹੰਨਾ ਤੀਸਰੇ ਪਰ ਪ੍ਰਾਰਥਨਾ ਵੇਲੇ ਹੇਕਲ ਵਿੱਚ ਜਾ ਰਹੇ ਸਨ। ਲੋਕ ਇੱਕ ਆਦਮੀ ਨੂੰ ਲੈ ਕੇ ਜਾ ਰਹੇ ਸਨ ਜੋ ਜਨਮ ਤੋਂ ਹੀ ਲੁੱਲਾ ਸੀ। ਉਹ ਉਸਨੂੰ ਹਰ ਰੋਜ਼ ਹੇਕਲ ਦੇ ਉਸਦਾ ਪਾਠਕ ਲਗੇ ਬਿੱਠਾ ਦਿੰਦੇ ਸਨ ਤਾਂ ਜੋ ਉਹ ਹੇਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ। ਜਦੋਂ ਉਸਨੇ ਪਤਰਸ ਅਤੇ ਯੋਹੰਨਾ ਨੂੰ ਹੇਕਲ ਵਿੱਚ ਵੜਦੇ ਦੇਖਿਆ ਤਾਂ ਉਸਨੇ ਉਹਨਾਂ ਤੋਂ ਭੀਖ ਮੰਗੀ। ਪਤਰਸ ਨੇ ਉਸ ਵੱਲ ਯਹੂ ਨਾਲ ਦੇਖਿਆ ਅਤੇ ਕਹਿੰਦਾ ਹੈ, ਇੰਝ ਹੀ ਯੋਹੰਨਾ ਨੇ ਵੀ ਕੀ ਅਤੇ ਕਿਹਾ, ਸਾਡੇ ਵੱਲ ਕੁਛ ਨਹੀਂ ਹੈ। ਹੁਣ ਇਸ ਤਰ੍ਹਾਂ ਕਿਹਾ, ਪਤਰਸ ਅਤੇ ਯੋਹੰਨਾ ਦੋਵਾਂ ਨੇ ਉਹਦੇ ਬਾਰੇ ਬੇਰੇ ਯਹੂ ਨਾਲ ਦੇਖਿਆ। ਉਸ ਆਦਮੀ ਨੇ ਕੀ ਕੀਤਾ, ਉਹਨਾਂ ਤੋਂ ਕੁਛ ਪਾਉਣ ਦੀ ਆਸ ਨਾਲ ਉਹ ਉਹਨਾਂ ਵੱਲ ਨੀਚ ਲਾ ਕੇ ਦੇਖਣ ਲੱਗਾ। ਸੋਨਾ ਚਾਂਦੀ ਤੋਂ ਮੇਰੇ ਕੋਲ ਨਹੀਂ ਹੈ, ਸੋਨਾ ਚਾਂਦੀ ਤੋਂ ਮੇਰੇ ਕੋਲ ਨਹੀਂ ਹੈ। ਅਤੇ ਉਹਨੇ ਦੱਸਿਆ, ਪਰ ਮੇਰੇ ਕੋਲ ਜੋ ਹੈ, ਮੇਰੇ ਕੋਲ ਉਹ ਜੋ ਹੈ, ਉਹ ਮੈਂ ਤੈਨੂੰ ਦਿੰਦੇ ਹਾਂ। ਨਾਸਰ ਦੇ ਯੇਸ਼ੂ ਮਸੀਹ ਦੇ ਨਾਮ ਤੋਂ ਉੱਠ ਖੜੇ ਹੋ ਅਤੇ ਚੱਲ ਫਿਰ। ਹਾਲੇਲੂਯਾ, ਹਾਲੇਲੂਯਾ। ਯੇਸ਼ੂ ਦਾ ਬੰਜਾ ਕਹਿੰਦਾ, ਯੇਸ਼ੂ ਦਾ ਨਾਮ ਤੇ ਇਸੇ ਵਕਤ ਖੜੇ ਹੋ ਜਾਓ ਕਹਿੰਦਾ ਹੈ। ਹਾਲੇਲੂਯਾ। ਇਸ ਵਕਤ ਆਪਣਾ ਘਰ ਮੈਂ ਜੋ ਵੀ ਬਿਮਾਰ ਹੈ, ਖੜੇ ਹੋ ਕੇ ਇਸ ਵਚਨ ਦੇ ਰਾਹੀਂ ਪ੍ਰਾਰਥਨਾ ਕਰੋ। ਤੁਸੀਂ ਇਸ ਵਚਨ ਦੇ ਰਾਹੀਂ ਦੁਆ ਕਰੋ, ਕਿਉਂਕਿ ਪ੍ਰਭੂ ਨੇ ਇਸੀ ਵਕਤ ਇਸੀ ਖੜੀ ਰਸੂਲਾਂ ਦੇ ਕਰਤਵ 3:6 ਆਇਤ ਦੇ ਰਾਹੀਂ ਪ੍ਰਾਰਥਨਾ ਕਰਨਾ। ਕਹਿੰਦਾ ਹੈ, ਮੇਰੇ ਕੋਲ ਜੋ ਹੈ ਉਹ ਮੈਂ ਤੈਨੂੰ ਦਿੰਦਾ ਹਾਂ। ਨਸਰਤ ਦੇ ਯੇਸ਼ੂ ਮਸੀਹ ਦੇ ਨਾਮ ਤੇ ਉੜ ਖੜੇ ਹੋ ਅਤੇ ਚੱਲ ਫਿਰ। ਹਾਲੇਲੂਯਾ, ਹਾਲੇਲੂਯਾ। ਮੇਰੇ ਪਿਆਰੇ ਬੱਚਿਓ, ਮੈਨੂੰ ਯਾਦ ਹੈ ਇੱਕ ਵਾਰੀ ਟੀਵੀ ਦੇਖ ਰਿਹਾ ਸੀ। ਟੀਵੀ ਦੇਖਣ ਦੇ ਵਕਤ ਉਹਦੇ ਵਿੱਚ ਆਰਾਧਨਾ ਚੱਲਦਾ ਸੀ। ਆਰਾਧਨਾ ਚੱਲਣ ਦੇ ਵਕਤ ਉਹਨਾਂ ਦੇ ਮਨ ਵਿੱਚ ਇਹ ਪ੍ਰੇਰਨਾ ਮਿਲੀ, ਜੇਕਰ ਮੈਂ ਆਰਾਧਨੇ ਦੇ ਸਮਾਂ ਗੁਰਨੇ ਇੱਥੇ ਕਿ ਇਸ ਆਰਾਧੇ ਯੇਸ਼ੂ ਮਸੀਹ ਨੂੰ ਇੱਥੇ ਬੈਠ ਕੇ ਛੂਏਗੇ ਤਾਂ ਪ੍ਰਭੂ ਨੇ ਮੈਨੂੰ ਛੂਏਗਾ। ਉਸੇ ਤਰ੍ਹਾਂ ਨੀਚਾ ਰੱਖ ਕੇ, ਵਿਸ਼ਵਾਸ ਰੱਖ ਕੇ ਉਹਨੇ ਪ੍ਰਾਰਥਨਾ ਕੀਤੀ। ਉਸੇ ਵਕਤ ਉਹ ਖਲੋ ਗਿਆ। ਹਾਲੇਲੂਯਾ। ਤਾਜੇ ਮਜਾਕੇ ਪ੍ਰਭੂ ਦੀ ਆਰਾਧਨਾ ਕਰੇਂਗੇ। ਹਾਲੇਲੂਯਾ, ਹਾਲੇਲੂਯਾ। ਕਹਿੰਦਾ ਹੈ, ਨਾਲ ਹੀ ਉਸਦਾ ਸੱਜਾ ਹੱਥ ਪੜ ਕੇ ਉਸਨੂੰ ਉਡਾ ਲਿਆ। ਉਸੇ ਵੇਲੇ ਉਸਦੇ ਪੈਰਾਂ ਅਤੇ ਗਿੱਟੇ ਗੋਡਿਆਂ ਵਿੱਚ ਤਾਕਤ ਆ ਗਈ, ਤਾਕਤ ਆ ਗਈ। ਕਹਿੰਦਾ, ਯੇਸ਼ੂ ਮਸੀਹ ਦੇ ਨਾਮ 'ਤੇ ਜੇਕਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਚੰਗਾਈ ਪਾਵੋਗੇ। ਕਿਹਦੇ ਉੱਤੇ ਵਿਸ਼ਵਾਸ? ਯੇਸ਼ੂ 'ਤੇ ਵਿਸ਼ਵਾਸ ਰੱਖਣਾ ਹੈ, ਪ੍ਰਭੂ ਯੇਸ਼ੂ 'ਤੇ ਵਿਸ਼ਵਾਸ ਰੱਖਣਾ ਹੈ। ਜਦੋਂ ਪ੍ਰਭੂ ਯੇਸ਼ੂ 'ਤੇ ਵਿਸ਼ਵਾਸ ਰੱਖਿਆ, ਤੁਹਾਨੂੰ ਚੰਗਾਈ ਪੱਕਾ ਮਿਲੇਗਾ। ਵਚਨ ਕਹਿੰਦਾ ਇਹ ਹੋਈ ਹੈ, ਇਬਰਾਨੀਆਂ 12:12-13 ਇੱਥੇ ਪੜ੍ਹਿਆ, ਇਸ ਲਈ ਤੁਸੀਂ ਆਪਣੇ ਢਿੱਲੋਂ ਹੱਥ ਉੱਤੇ ਚੁੱਕੋ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਬਣਾਵੋ ਕਹਿੰਦਾ ਹੈ, ਅਤੇ ਆਪਣੇ ਪੈਰਾਂ ਲਈ ਰਾਹ ਸਿੱਧੇ ਕਰੋ। ਕਹਿੰਦਾ ਹੈ, ਆਪਣੇ ਪੈਰਾਂ ਲਈ ਰਾਹ ਸਿੱਧਾ ਕਰੋ ਤਾਂ ਜੋ ਲੈਂਗੜੀਆਂ 'ਤੇ ਉਤਰੇ ਹੋਏ ਜੋੜ ਨਿਕਲ ਨਾ ਜਾਣ, ਸਗੋਂ ਚੰਗੇ ਹੋ ਜਾਣ।
ਮੇਰੇ ਪਿਆਰੇ ਬੱਚੇ, ਜਦੋਂ ਇਸ ਪ੍ਰਾਰਥਨਾ ਕੀਤੀ ਇਸ ਵਜਨ ਬੋਲਾ, ਇੱਕ ਬੀਬੀ ਨਿਕਲ ਹੋ ਗਿਆ ਦੱਸਿਆ, ਸਾਡੇ ਗਵਾਈ ਦੱਸਿਆ ਕਿ ਇਸ ਵਕਤ ਪ੍ਰਭੂ ਯੇਸ਼ੂ ਮਸੀਹ ਨੇ ਮੇਰੇ ਜੋੜੇ ਨੂੰ ਚੰਗਾ ਕੀਤਾ ਹੈ। ਹਾਲੇਲੂਯਾ। ਮੇਰੇ ਪਿਆਰੇ ਵਿੱਚ ਇਹੋ ਹੀ ਹੈ ਵਚਨ ਦੀ ਸ਼ਕਤੀ। 12:12 ਅਤੇ 13 ਇੱਥੇ ਜਦੋਂ ਤੁਹਾਡੇ ਵਿੱਚ ਕੋਈ ਵੀ ਇੱਥੇ ਬੈਠਣ ਵਾਲਿਆਂ ਦਾ, ਕੋਈ ਵੀ ਦੇਖਣ ਵਾਲਿਆਂ ਦਾ ਜੋੜੇ ਉੱਤੇ ਦਰਦ ਹੈ, ਤਾਂ ਇਸੇ ਵਕਤ ਦੋਨਾਂ ਪੈਰ ਦੋਨਾਂ ਤੁਹਾਡਾ ਹੱਥ ਜੋੜੇ ਉੱਤੇ ਰੱਖ ਕੇ ਪਕੜ ਕੇ ਬੈਠੋ ਇਸ ਵਕਤ। ਇਸ ਲਈ ਤੁਸੀਂ ਆਪਣੇ ਢਿੱਲੇ ਹੱਥ ਉੱਤੇ ਚੁੱਕੋ ਅਤੇ ਕਮਜ਼ੋਰ ਕੋੜੀਆਂ ਨੂੰ ਮਜ਼ਬੂਤ ਬਣਾਵੋ ਅਤੇ ਆਪਣੇ ਪੈਰਾਂ ਲਈ ਰਾਮ ਮਿੱਤੇ ਕਰੋ, ਤਾਂ ਜੋ ਲੰਗੜਿਆਂ 'ਤੇ ਉਤਰੇ ਹੋਏ ਜੋੜ ਨਿਗਲ ਨਾ ਜਾਣ, ਸਗੋਂ ਚੰਗੇ ਹੋ ਜਾਣ। ਹਾਲੇ ਲਈਆ, ਹਾਲੇ ਲਈਆ, ਹਾਲੇ ਲਈਆ। ਹਵਸ ਗੀਤੇ ਰਾਹੀ ਪ੍ਰਾਰਥਕ ਨੇ ਇਸ ਵਕਤ, ਰੋਖੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਯੇਸੂ ਜੀ, ਰੋਗੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ ਜੀ, ਰੋਗੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਯੇਸੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਯੇਸੂ ਜੀ, ਭਾਬੀ ਮਨਕ ਤੇਰੇ ਕੋਲ ਆਇਆ ਪ੍ਰਭੂ ਜੀ, ਭਾਬੀ ਮਨਕ ਤੇਰੇ ਕੋਲ ਆਇਆ ਪ੍ਰਭੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਯੇਸੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਯੇਸੂ ਜੀ, ਰੋਗੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ ਜੀ, ਰੋਗੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਪ੍ਰਭੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਪ੍ਰਭੂ ਜੀ, ਰੋਗੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਪ੍ਰਭੂ ਜੀ, ਹੱਥ ਵਧਾ ਕੇ ਮੇਨ ਚੰਗਾ ਕਰ ਦੋ ਪ੍ਰਭੂ ਜੀ। ਹਾਲੇ ਲੋਈਆ। ਮੇਰੇ ਪਿਆਰੇ ਵਿੱਚੋਂ ਇਸੇ ਵਕਤ ਕਿਸੇ ਨੇ ਪ੍ਰਭੂ ਚੂਏਗਾ, ਇਸੇ ਵਕਤ ਜੇਕਰ ਤੁਸੀਂ ਵਿਸ਼ਵਾਸ ਰੱਖੇ, ਜੈਸਾ ਵਚਨ ਕਹਿੰਦਾ ਹੈ, ਜੇਕਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਚੰਗਾਈ ਪਾਓਗੇ, ਜੇਕਰ ਤੁਸੀਂ ਵਿਸ਼ਵਾਸ ਰੱਖੇਗਾ ਤਾਂ ਚੰਗਾਈ ਪਾਓਗੇ। ਵਚਨ ਕਹਿੰਦਾ ਹੈ, ਵਚਨ ਕਹਿੰਦਾ ਹੈਗਾ, ਜੇਕਰ ਤੁਸੀਂ ਵਿਸ਼ਵਾਸ ਰੱਖੇ ਚੰਗਾਈ ਪਾਓਗੇ। ਵਿਸ਼ਵਾਸ ਨਾਲ ਪ੍ਰਾਰਥਨਾ ਕਰੋ। ਮੈਨੂੰ ਕਾਫੀ ਪਤਾ ਹੈ, ਕਈ ਲੋਕਾਂ ਦਾ ਪ੍ਰਭੂ ਯੇਸ਼ੂ ਮਸੀਹ ਨੇ ਆਰਾਧਨਾ ਦੇ ਸਮੇਂ ਜਿਨ੍ਹਾਂ ਦੇ ਸੁਰ ਦੇ ਵਿੱਚ ਬਹੁਤ ਜ਼ਿਆਦਾ ਫੀਡ ਹੈ, ਕਹਿੰਦਾ ਹੈ 6-10 ਸਾਲ ਤੱਕ ਦਬਾਈ ਕਰਨ ਵਾਲਾ ਆਉਂਦਾ ਹੈ ਅਤੇ ਕਹਿੰਦਾ ਹੈ, ਫਾਦਰ ਜੀ ਜਦੋਂ ਵਿਸ਼ਵਾਸ ਆਰਾਧਨਾ ਦੇ ਵਿੱਚ, ਜਦੋਂ ਜਿੰਦੇ ਹੋਏ ਯੇਸ਼ੂ ਦੇ ਆਰਾਧਨਾ ਵਿੱਚ ਪਾਤਸ਼ਾਹ ਰੱਖਦੇ ਸਾਹਮਣੇ ਯੇਸ਼ੂ 'ਤੇ ਵਿਸ਼ਵਾਸ ਰੱਖ ਕੇ ਮੈਂ ਪ੍ਰਾਰਥਨਾ ਕਰਦਾ ਹਾਂ, ਉਸੀ ਵਕਤ ਪ੍ਰਭੂ ਯੇਸ਼ੂ ਮਸੀਹ ਨੇ ਮੈਨੂੰ ਛੂ ਕੇ ਚੰਗਾ ਕੀਤਾ ਹੈ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਮੇਰੇ ਪਿਆਰੇ ਵਿੱਚ ਇਹੋ ਹੀ ਚਮਤਕਾਰ ਹੈ, ਚਮਤਕਾਰ ਹੈ। ਪ੍ਰਭੂ ਤੁਹਾਨੂੰ ਚੰਗਾ ਕਰੇਗਾ, ਯੇਸ਼ੂ ਕਰੇਗਾ, ਕਿਉਂਕਿ ਸਾਡਾ ਪ੍ਰਭੂ ਜਿੰਦਾ ਹੈ। ਇਬਾਨੀਆ 13:10 ਇੱਥੇ ਕਹਿੰਦਾ, ਯੇਸ਼ੂ ਮਸੀਹ ਅੱਜ ਕੱਲ੍ਹ ਅਤੇ ਹਮੇਸ਼ਾ ਤੱਕ ਇੱਕ ਹੈ। ਹਾਲੇਲੂਯਾ। ਕਹਿੰਦਾ ਹੈ, ਪ੍ਰਭੂ ਯੇਸ਼ੂ ਮਸੀਹ ਅੱਜ ਕੱਲ੍ਹ ਅਤੇ ਹਮੇਸ਼ਾ ਤੱਕ ਇੱਕ ਹੈ, ਦੂਜਾ ਨਹੀਂ ਹੈ। ਕਹਿੰਦਾ ਇੱਕ ਹੈ, ਕਹਿੰਦਾ ਯੇਸ਼ੂ ਇੱਕ ਹੈ, ਇੱਕ ਯੇਸ਼ੂ। ਮੇਰੇ ਪਿਆਰ ਵਿੱਚ ਇਹੋ ਯੇਸ਼ੂ ਇੱਕ ਹੈ, ਕਹਿੰਦਾ ਸਾਡੇ ਯੇਸ਼ੂ ਇੱਕ ਹੈ। ਹਾਲੇਲੂਯਾ। ਪ੍ਰਭੂ ਇਸ ਵਕਤ ਜਦੋਂ ਅਸੀਂ ਪ੍ਰਾਰਥਨਾ ਕਰਦੇ, ਪ੍ਰਭੂ ਯੇਸ਼ੂ ਇੱਕ ਹੈ ਮੇਰੇ ਪਿਆਰੇ ਵਿੱਚ, ਉਸ ਯੇਸ਼ੂ ਕਹਿੰਦਾ ਹੈ, ਜੇਕਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਚੰਗਾਈ ਪਾਓਗੇ। ਹਾਲੇਲੂਯਾ। ਰਸੂਲਾਂ ਦਾ ਕਰਤਵ, ਉਹਦਾ 5 ਬਾਬ ਦੇ ਵਿੱਚ, ਉਹਦਾ 12 ਆਏ ਤੋਂ ਲੈ ਕੇ 17 ਆਏ ਤੱਕ ਬਹੁਤ ਅੱਛਾ ਉਹਦਾ ਪੜ੍ਹੇਂਗੇ ਤੁਮ। ਯੇਸ਼ੂ ਨੇ ਆਪਣੇ ਸਹਿਬਗਾਂ ਨੂੰ ਸ਼ਕਤੀ ਦਿੱਤਾ ਹੈ। ਇਸੇ ਕਰਕੇ ਤੁਹਾਨੂੰ ਪਤਾ ਹੈ, ਜਦੋਂ ਤੁਸੀਂ ਪ੍ਰਾਰਥਨਾ ਫਾਰਮ ਮੈਂ ਚਲੇ ਜਾਂਦਾ ਹੈ, ਆਈ ਤੋਂ ਬਾਅਦ ਦਿਨ ਕੋਈ ਵੀ ਗਿਰਜਾ ਮੈਂ ਪੰਜਾਬ ਦੇ ਵਿੱਚ ਜਾਂਦਾ ਹੈ, ਉੱਥੇ ਉਹਦਾ ਆਰਾਧਨਾ ਚੱਲਦਾ ਹੈ। ਉਸ ਆਰਾਧਨਾ ਸ਼ਕਤੀ ਦੇ ਰਾਹੀ ਉਸ ਜਦੋਂ ਫਾਦਰ ਲੋਕ ਤੁਹਾਡੇ ਵਾਸਤੇ ਪ੍ਰਾਰਥਨਾ ਕਰੇਂਗੇ, ਪ੍ਰਭੂ ਖੁਦਾ ਤੁਹਾਨੂੰ ਚੰਗਾ ਕਰੇਗਾ, ਕਿਉਂਕਿ ਅਸੀਂ ਜਿੰਦੇ ਹੋਏ ਯੇਸ਼ੂ ਦੇ ਸਾਹਮਣੇ ਪ੍ਰਾਰਥਨਾ ਕਰਦਾ ਹੈ, ਜਿੰਦੇ ਹੋਏ ਯੇਸ਼ੂ ਪਾਤਸ਼ਾਹ ਹੈ। ਸਾਡੇ ਆਦਿ ਸਤਿਕਾਰੀ ਇੱਕ ਬਿਸ਼ਪ ਫਰਾਇੰਗ ਜੀ ਸਨ, ਕਹਿੰਦਾ ਹੈ, ਤੋ ਲੋਕਾਂ ਨੂੰ ਆਖੋ, ਤੁਸੀਂ ਸਾਰੇ ਪਾਤਸ਼ਾਹ ਰੱਖਦੇ ਸਾਹਮਣੇ ਆ ਕੇ ਪ੍ਰਾਰਥਨਾ ਕਰੋ। ਕੈਥੋਲਿਕ ਕਲੀਸਿਆ ਦੇ ਸਾਰੇ ਮੈਂਬਰਾਂ ਨੂੰ ਆਖਦਾ ਹੈ, ਤੁਸੀਂ ਨਾਮ ਵਾਸਤੇ ਈਸਾਈ ਨਾਮ ਬਣੋ, ਸਗੋਂ ਯੇਸ਼ੂ ਮਸੀਹ ਦਾ ਜ਼ਿੰਦਗੀ ਹਾਸਲ ਕਰਨ ਵਾਸਤੇ ਪਾਤਸ਼ਾਹ ਰੱਖਦੇ ਸਾਹਮਣੇ ਆ ਕੇ ਤੁਸੀਂ ਦੁਆ ਕਰੋ।
ਕਿਉਂਕਿ ਕਹਿੰਦਾ ਹੈ ਜੇਕਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਚੰਗਾਈ ਪਾਓਗੇ। ਹਾਲੇਲੂਯਾ, ਹਾਲੇਲੂਯਾ। ਸੋ ਇਸ ਕਰਕੇ ਕਹਿੰਦਾ ਹੈ ਰਸੂਲ ਆਂਦਾ ਕਰਤਵ ਦਾ ਪੰਜ ਬਾਬ ਦੇ ਵਿੱਚ ਕਹਿੰਦਾ ਹੈ, ਲੋਕ ਇੱਥੋਂ ਤੱਕ ਬਿਮਾਰਾਂ ਨੂੰ ਬਾਹਰ ਸੜਕਾਂ ਦੇ ਚੁੱਕ ਲੈ ਆਏ ਕਿ ਉਹਨਾਂ ਨੂੰ ਮੰਚੀਆਂ ਅਤੇ ਚਟਾਈ ਵਿਛੋਣੀਆਂ ਉੱਤੇ ਲਿਟਾ ਦਿੱਤਾ ਤਾਂ ਕਿ ਜਿਵੇਂ ਪਤਰਸ ਉਧਰੋਂ ਦੀ ਲੰਘੇ ਜਾਂ ਘੱਟੋ ਘੱਟ ਉਸ ਦਾ ਸਾਇਆ ਉਹਨਾਂ ਵਿੱਚੋਂ ਕੁਛ ਲੋਕਾਂ ਉੱਤੇ ਪੈ ਜਾਵੇ। ਲੋਕਾਂ ਦੀ ਵੱਡੀ ਭੀੜ ਜੇਰੂਸਲਮ ਦੇ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਵੀ ਇਕੱਠੀ ਹੁੰਦੀ ਸੀ। ਜੋ ਬਿਮਾਰਾਂ ਅਤੇ ਬੇਦਰੂਆਂ ਤੋਂ ਸਤਾਏ ਜਾਣ ਵਾਲੇ ਲੋਕਾਂ ਨੂੰ ਚੁੱਕੀ ਲਿਆਉਂਦੇ ਸਨ ਅਤੇ ਉਹ ਸਾਰੇ ਚੰਗੇ ਕੀਤੇ ਹੋਏ ਸਨ। ਰਸੂਲਾਂ ਦਾ ਕਰਤਵ ਉਹਦਾ ਪੰਜ ਬਾਬ ਦੀ 15 ਇੱਥੇ ਕਹਿੰਦਾ, ਲੋਕ ਇੱਥੋਂ ਤੱਕ ਬਿਮਾਰਾਂ ਨੂੰ ਬਾਹਰ ਸੜਕਾਂ 'ਤੇ ਅਤੇ ਚੁੱਕ ਲੈ ਆਵੇ ਕਿ ਉਹਨਾਂ ਨੇ ਮੰਚੀਆਂ ਅਤੇ ਚਟਾਈ ਵਿਛੋਣੀਆਂ ਉੱਤੇ ਲਿਠਾ ਦਿੱਤਾ ਤਾਂ ਕਿ ਜਿਵੇਂ ਪਤਰਸ ਉਧਰੋਂ ਦੀ ਲੰਘਤਾ ਘੱਟੋ ਘੱਟ ਉਸ ਦਾ ਸਾਇਆ ਉਹਨਾਂ ਵਿੱਚੋਂ ਕੁਛ ਲੋਕਾਂ ਉੱਤੇ ਪੈ ਜਾਵੇ। ਹਾਲੇਲੂਯਾ। ਮੇਰੇ ਪੈਰ ਵਿੱਚ ਸਾਡੇ ਵਾਸਤੇ ਤੁਸੀਂ ਸਾਡੇ ਕੁੱਤੇ ਵਿਛਾਉਣ ਦਾ ਲੋੜ ਨਹੀਂ ਹੈ। ਸਾਡੇ ਕੋਲ ਹੈਗਾ ਗਿਰਜਾ ਘਰ। ਤੁਹਾਨੂੰ ਪਤਾ ਹੈ ਗਿਰਜਾ ਘਰ ਦਾ ਕੀ ਮਤਲਬ ਹੈ? ਗਿਰ ਜਾਣਾ, ਗਿਰਜੇ ਮੈਂ ਆ ਕੇ ਗਿਰ ਜਾ ਕੇ ਤੁਸੀਂ ਯੇਸ਼ੂ ਨੂੰ ਦੱਸੋ ਇਹ ਜੇਕਰ ਯੇਸ਼ੂ ਤੁਮੇ ਚੰਗਾ ਨਹੀਂ ਕਰੇਗਾ ਤਾਂ ਮੈਂ ਇੱਥੋਂ ਨਹੀਂ ਜਾਣਾ ਹੈ, ਇਹ ਮੈਂ ਵਿਸ਼ਵਾਸ ਨਾ ਕਰਨਾ। ਜੇ ਅਸੀਂ ਇਹ ਵਿਸ਼ਵਾਸ ਕਰੇਗੇ ਤਾਂ ਪ੍ਰਭੂ ਤੁਹਾਨੂੰ ਚੰਗਾ ਕਰੇਗਾ। ਹਾਲੇਲੂਯਾ, ਹਾਲੇਲੂਯਾ। ਇਸ ਕਰਕੇ ਅੱਜ ਪ੍ਰਾਰਥਨਾ ਕਰੋ। ਹੁਣ ਅਸੀਂ ਦੇਖਾਂਗੇ ਚੇਲਿਆਂ ਦਾ ਕਰਤਵ ਉਹਦਾ 14 ਬਾਬ ਦੀ 9 ਆਇਤ ਵਿੱਚ ਕਹਿੰਦਾ ਹੈ, ਉਹ ਪੌਲੋਸ ਨੂੰ ਉਪਦੇਸ਼ ਦਿੰਦੇ ਸੁਣ ਰਿਹਾ ਸੀ ਅਤੇ ਪੌਲੋਸ ਨੇ ਉਸ ਵੱਲ ਧਿਆਨ ਨਾਲ ਦੇਖਿਆ ਅਤੇ ਜਾਣਦਿਆ ਕਿ ਉਸ ਵਿੱਚੋਂ ਚੰਗੇ ਹੋਣ ਲਈ ਇਮਾਨ ਹੈ। ਲੁਸਤਰਾ ਦਾ ਵਿੱਚ ਇੱਕ ਅਜਿਹਾ ਆਦਮੀ ਬੈਠੇ ਹੋਇਆ ਸੀ ਜਿਸ ਦੇ ਪੈਰਾਂ ਵਿੱਚ ਕੋਈ ਸ਼ਕਤੀ ਨਹੀਂ ਸੀ, ਜਾਨੀ ਲੰਗੜਾ ਸੀ, ਜਾਨੀ ਐਸੀ ਬੋਲ ਸਕਦਾ ਪੋਲੀਓ ਵਾਲਾ ਸੀ। ਕਹਿੰਦਾ ਹੈ, ਉਹ ਕਹਿੰਦਾ ਹੈ ਲੁਸਤਰਾ ਵਿੱਚ ਜਿਸ ਦਾ ਪੈਰਾਂ ਵਿੱਚ ਕੋਈ ਸ਼ਕਤੀ ਨਹੀਂ ਸੀ, ਉਹ ਕਦੀ ਤੁਰਦਿਆ ਨਹੀਂ ਸੀ, ਕਿਉਂ ਜੋ ਉਹ ਜਨਮ ਤੋਂ ਹੀ ਅਬਾਹਜ ਸੀ। ਜਨਮ ਤੋਂ ਵੀ ਸ਼ਾਇਦ ਤੁਹਾਡੇ ਵਿੱਚ ਜਨਮ ਤੋਂ ਵੀ ਬੋਲਤਾ ਨਹੀਂ ਹੋਗਾ, ਸ਼ਾਇਦ ਉਹ ਗੂੰਗੇ ਹੋਣਗੇ, ਕੋਈ ਵੀ ਹੈ। ਦੇਖ ਲਓ ਇਹਦਾ ਕੀ ਕਹਿੰਦਾ, ਪੌਲੋਸ ਨੇ ਉੱਚੀ ਆਵਾਜ਼ ਨਾ ਕੀਆ, ਆਪਣੇ ਪੈਰਾਂ 'ਤੇ ਸਿੱਧਾ ਖੜ੍ਹੇ ਹੋ ਜਾ, ਯੇਸ਼ੂ ਦਾ ਨਾਮ 'ਤੇ ਉਹਨੇ ਆਖਿਆ ਆਪਣੇ ਪੈਰਾਂ 'ਤੇ ਸਿੱਧੇ ਖੜ੍ਹੇ ਜਾਓ। ਉਹ ਹੰਫਲਾਂ ਮਾਰ ਕੇ ਉੱਡੀਆਂ ਅਤੇ ਤੁਰਨ ਲੱਗਾ। ਹਾਲੇਲੂਯਾ, ਤੁਹਾਡੇ ਮਜ਼ਾਕ ਕੇ ਖੁਦਾ ਦੀ ਆਰਾਧਨਾ ਕਰੇਂਗੇ। ਹਾਲੇਲੂਯਾ। ਦੇਖੇ ਖੁਦਾ ਕਹਿੰਦਾ ਕੀ ਹੈ, ਉਹ ਹੰਫਲਾਂ ਮਾਰ ਕੇ ਉੱਡੀਆਂ ਅਤੇ ਤੁਰਨ ਲੱਗਾ। ਉਹਨਾਂ ਤਾਂ ਇਮਾਨ ਦੇਖ ਕੇ, ਵਿਸ਼ਵਾਸ ਦੇਖ ਕੇ, ਜੇਕਰ ਤੁਹਾਡੇ ਵਿੱਚ ਵਿਸ਼ਵਾਸ ਹੈ ਤਾਂ ਇਸੇ ਵਕਤ ਪ੍ਰਭੂ ਤੁਹਾਨੂੰ ਛੂਏਗਾ। ਇਸ ਕਰਕੇ ਮੇਰੇ ਪਿਆਰੇ ਵਿੱਚ ਅਸੀਂ ਦੇਖੇ ਹਾਂ ਮਾਤੀ ਦੇ ਅੰਚੀਲੇ, ਜਦੋਂ ਉਹਦਾ 8 ਬਾਪ, ਜਦੋਂ ਅਸੀਂ ਪੜ੍ਹਦਾ ਹੈ 8 ਬਾਪ ਅਤੇ 10 ਸਾਹਿਤ, ਉਹਦੇ ਵਿੱਚ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਇਸਰਾਇਲ ਵਿੱਚ ਵੀ ਮੈਂ ਇਸੇ ਤਰ੍ਹਾਂ ਦਾ ਨੇਚਾ ਨਹੀਂ ਦੇਖਿਆ। ਪ੍ਰਭੂ ਕਹਿੰਦਾ ਹੈ, ਪ੍ਰਭੂ ਸੁਬੇਦਾਰ ਦੇ ਨੌਕਰੀ ਨੂੰ ਚੰਗਾ ਕਰਦਾ ਹੈ। ਉਸ ਵਕਤ ਜਾਂਦਾ ਵਕਤ ਪ੍ਰਭੂ ਯੇਸ਼ੂ ਕਹਿੰਦਾ ਹੈ 8 ਬਾਪ ਅਤੇ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਇਸਰਾਇਲ ਦੇ ਵਿੱਚ ਵੀ ਮੈਂ ਇਸੇ ਤਰ੍ਹਾਂ ਦਾ ਨੇਚਾ ਨਹੀਂ ਦੇਖਿਆ ਹੈ। ਕਹਿੰਦਾ ਹੈ ਮਤਲਬ ਉਹਨਾਂ ਦਾ ਨੇਚਰ ਰੱਖ ਕੇ ਪ੍ਰਭੂ ਨੇ ਉਹਨੂੰ ਚੰਗਾ ਕੀਤਾ। ਹਾਲੇਲੂਯਾ, ਹਾਲੇਲੂਯਾ। ਅਸੀਂ ਵੇਖਾਂਗੇ ਮੱਤੀ ਦੇ ਅੰਜੀਲ 9 ਬਾਪ ਦੀ ਅਤੇ 22 ਆਇਤ ਦੇ ਵਿੱਚ ਦੇਖਦੇ ਹਾਂ, ਮਰੀ ਹੋਈ ਕੁੜੀ ਨੂੰ ਫਿਰ ਜਿਉਂਦਾ ਕਰਨਾ ਅਤੇ ਰਕਤ ਵਾਹਣ ਵਾਲੀ ਔਰਤ ਨੂੰ ਚੰਗਾ ਕਰਦਾ ਹੈ। ਹੁਣ ਮਰੀ ਹੋਈ ਕੁੜੀ ਦੇ ਕੋਲ ਖੁਦਾ ਦੇ ਸੁਝਾ ਰਹੇ ਦਾ ਵਕਤ ਹੈ, ਇਹ ਰਕਤ ਵਾਹਣ ਔਰਤ ਨੇ ਕੀ ਕੀਤਾ? 21 ਆਇਤ ਵਿੱਚ 9 ਬਾਪ ਦੀ ਕਹਿੰਦਾ, ਕਿਉਂਕਿ ਉਸਨੇ ਆਪਣੇ ਮਨ ਵਿੱਚ ਕਿਹਾ ਸੀ ਜੇਕਰ ਮੈਂ ਉਸਦਾ ਕੱਪੜਾ ਹੀ ਚੂ ਲਾਵਾਂਗੀ, ਜੇਕਰ ਮੈਂ ਉਸਦਾ ਕੱਪੜਾ ਹੀ ਚੂ ਲਾਵਾਂਗੀ ਤਾਂ ਮੈਂ ਠੀਕ ਹੋ ਜਾਵਾਂਗੀ। ਯੇਸ਼ੂ ਨੇ ਪਿੱਛੋਂ ਮੁੜ ਕੇ ਉਸਨੂੰ ਦੇਖ ਕੇ ਕਹਿੰਦਾ, ਧੀਰਜ ਰੱਖ ਬੇਟੀ, ਤੇਰੀ ਇਮਾਨ ਤੈਨੂੰ ਚੰਗਾ ਕੀਤਾ ਹੈ।
ਅਤੇ ਉਸੇ ਕੜੀ ਉਹ ਔਰਤ ਨਰੋਈ ਹੋ ਗਈ। ਹਾਲੇਲੂਯਾ। ਮੇਰੇ ਪਿਆਰੇ ਬੱਚੋ, ਅਸੀਂ ਜਦੋਂ ਆਰਾਧਨਾ ਵਿੱਚ ਅਤੇ ਪਾਕ ਮਾਸ ਦਾ ਬੇਲੀ ਵਿੱਚ ਭਾਗ ਲੈਣ ਦੇ ਵਕਤ, ਪ੍ਰਾਰਥਨਾ ਕਰਨ ਦੇ ਵਕਤ, ਦੁਆ ਕਰਨ ਦੇ ਵਕਤ, ਦਿਲ ਖੋਲ੍ਹ ਕੇ ਦੁਆ ਕਰਨ ਦੇ ਵਕਤ, ਆਖਰ ਸਾਡੇ ਮਨ ਵਿੱਚ ਨੀਚ ਹੈ, ਇੱਛਾ ਹੈ, ਪ੍ਰਾਰਥਨਾ ਹੈ, ਪ੍ਰਭੂ ਯੇਸ਼ੂ ਮਸੀਹ ਅੱਜ ਇਸ ਆਰਾਧਨਾ ਵਿੱਚ, ਅੱਜ ਇਸ ਪ੍ਰਾਰਥਨਾ ਵਿੱਚ, ਅਸੀਂ ਇਸ ਬਿਲੀ ਦੇ ਵਿੱਚ ਇਤਨਾ ਕਰਨ ਦੇ ਵਕਤ, ਪਾਤਸ਼ਾਹ ਕਰਨ ਦੇ ਵਕਤ, ਪਾਤਸ਼ਾਹ ਰਕਤ ਲੈਣ ਦੇ ਵਕਤ, ਉਸੀ ਵਕਤ ਮੇਰੇ ਪਿਆਰੇ ਵਿੱਚ ਤੁਹਾਡਾ ਵਿਸ਼ਵਾਸ ਰਹਿ ਕੇ ਖੁਦਾ ਨੇ ਤੁਹਾਨੂੰ ਚੰਗਾ ਕਰਨਾ। ਹਾਲੇ ਲਈਆ, ਹਾਲੇ ਲਈਆ, ਹਾਲੇ ਲਈਆ। ਬਹੁਤ ਘਟਨਾਵਾਂ ਆ ਗਿਆ ਜਿੱਦਾਂ ਨੇ ਦੂਸ ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕੀਆ, ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕੀਆ, ਦੁਆ ਕਰਕੇ ਪ੍ਰਾਰਥਨਾ ਕੀਆ, ਦੁਆ ਕਰਦੇ ਰਿਹਾ, ਇਮਾਨ ਰੱਖ ਕੇ ਪ੍ਰਾਰਥਨਾ ਕੀਆ, ਉਹਦੇ ਰਾਹੀਂ ਪ੍ਰਭੂ ਯੇਸ਼ੂ ਮਸੀਹ ਨੂੰ ਉਹਨਾਂ ਚੰਗਾ ਕੀਤਾ। ਇਸ ਕਰਕੇ ਮੇਰੇ ਪਿਆਰੇ ਬੱਚੋ, ਸੰਤ ਮੱਤੀ ਦੀ ਅੰਜੀ 9 ਬਾਬਤੀ 28 ਤੋਂ ਕਹਿੰਦਾ ਹੈ, ਜਦੋਂ ਯੇਸ਼ੂ ਨੇ ਅੰਨਿਆਂ ਨੂੰ ਸੁਜਾਗ ਕਰਤਾ ਹੈ, ਉਸ ਵਕਤ ਅੰਨਿਆਂ ਨੂੰ ਆਖਦਾ ਹੈ, 9 ਬਾਬਤੀ 8, ਕੀ ਤੁਹਾਡਾ ਇਮਾਨ ਹੈ ਕਿ ਮੈਂ ਇਹ ਕਰ ਸਕਦਾ ਹਾਂ, ਕੀ ਤੁਹਾਡਾ ਇਮਾਨ ਹੈ ਕਿ ਮੈਂ ਕਰ ਸਕਦਾ ਹਾਂ? ਉਹਨਾਂ ਕਿਹਾ, ਜੀ ਹਾਂ ਪ੍ਰਭੂ ਜੀ। ਕੀ ਤੁਹਾਡਾ ਵਿਸ਼ਵਾਸ ਹੈ? ਪ੍ਰਭੂ ਆਖਦਾ ਹੈ, ਤੁਹਾਨੂੰ ਵਿਸ਼ਵਾਸ ਹੈ, ਫਿਰ ਤੋ ਖੁਦਾ ਮਿਲੇਗਾ। ਵਿਸ਼ਵਾਸ ਨਹੀਂ ਹੈ, ਚੰਗਾ ਹੀ ਨਹੀਂ ਮਿਲੇਗਾ, ਪ੍ਰਭੂ ਆਖਦਾ ਹੈ। ਸੋ ਇਸ ਕਰਕੇ ਮੇਰੇ ਪਿਆਰੇ ਵਿੱਚ, ਅੱਜ ਅਸੀਂ ਪ੍ਰਭੂ ਦੇਂਗੇ ਦੁਆ ਕਰੀਏ, ਯੇਸ਼ੂ ਦੇਂਗੇ ਦੁਆ ਕਰੀਏ, ਪ੍ਰਭੂ ਮੈਨੂੰ ਚੰਗਾ ਕਰ, ਪ੍ਰਭੂ ਮੈਨੂੰ ਛੂ ਲੈ, ਛੂ ਕੇ ਚੰਗਾ ਕਰ ਪ੍ਰਭੂ। ਅਸੀਂ ਪ੍ਰਾਰਥਨਾ ਕਰੀਏ, ਵਿਸ਼ਵਾਸ ਨਾਲ ਪ੍ਰਾਰਥਨਾ ਕਰੋ, ਯੇਸ਼ੂ ਤੁਹਾਨੂੰ ਛੂਏਗਾ, ਚੰਗਾ ਕਰੇਗਾ। ਛੂ ਛੂ ਯੇਸ਼ੂ ਮੈਨੂੰ ਛੂ, ਛੂ ਛੂ ਯੇਸ਼ੂ ਮੈਨੂੰ ਛੂ, ਆਪਣੇ ਪਵਿੱਤਰ ਹੱਥਾਂ ਨਾਲ, ਆਪਣੇ ਪਵਿੱਤਰ ਹੱਥਾਂ ਨਾਲ, ਯੇਸ਼ੂ ਮੈਨੂੰ ਛੂ ਕੇ ਚੰਗਾ ਕਰ, ਛੂ ਛੂ ਯੇਸ਼ੂ ਮੈਨੂੰ ਛੂ, ਛੂ ਛੂ ਯੇਸ਼ੂ ਮੈਨੂੰ ਛੂ। ਆਓ ਅਸੀਂ ਦੋਵਾਂ ਹੱਥ ਸਿਰ ਉੱਤੇ ਰੱਖੀਏ, ਅੱਖਾਂ ਨੂੰ ਬੰਦ ਕਰੀਏ, ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ ਯੇਸ਼ੂ, ਮੈਂ ਤੇਰੇ ਉੱਤੇ ਵਿਸ਼ਵਾਸ ਰੱਖਦੇ ਹਾਂ, ਜਿੰਦੇ ਹੋਏ ਯੇਸ਼ੂ ਦੇ ਉੱਤੇ ਮੈਂ ਵਿਸ਼ਵਾਸ ਰੱਖਦੇ ਹਾਂ। ਏ ਪ੍ਰਭੂ ਯੇਸ਼ੂ, ਮੇਰੇ ਰਸੂਲਾਂ ਦਾ ਕਲਮੇ ਦਾ ਜੋ ਵੀ ਗੱਲਾਂ ਹੈ, ਮੈਂ ਵਿਸ਼ਵਾਸ ਰੱਖਦੇ ਹਾਂ। ਮੈਨੂੰ ਵਿਸ਼ਵਾਸ ਰੱਖਦਾ, ਜੋ ਕੁਛ ਵੀ ਮੈਂ ਤੁਹਾਡੇ ਕੋਲੋਂ ਮੰਗੂਗਾ, ਉਹ ਤੁਸੀਂ ਮੈਨੂੰ ਦੇਵੇਗਾ। ਪ੍ਰਭੂ, ਮੈਂ ਵਿਸ਼ਵਾਸ ਰੱਖਦਾ ਤੇਰਾ ਪਰਿਵਾਰ ਵਿੱਚ ਹਰੇਕ ਬੰਧਨ ਟੁੱਟ ਜਾਏਗਾ। ਮੈਂ ਵਿਸ਼ਵਾਸ ਰੱਖਦਾ ਤੂੰ ਸਾਨੂੰ ਚੰਗਾ ਹੀ ਕਰੇਗਾ। ਮੈਂ ਵਿਸ਼ਵਾਸ ਰੱਖਦਾ ਹਾਂ ਪ੍ਰਭੂ ਯੇਸ਼ੂ, ਮੈਂ ਵਿਸ਼ਵਾਸ ਰੱਖਦਾ। ਇਸ ਵਕਤ ਪ੍ਰਭੂ ਯੇਸ਼ੂ, ਸਾਡੇ ਪਰਿਵਾਰ ਵਿੱਚ ਜੋ ਵੀ ਮੁਸ਼ਕਲ ਹੈ, ਮੁਸੀਬਤ ਹੈ, ਪਰੇਸ਼ਾਨੀ ਹੈ, ਕਲੇਸ਼ ਹੈ, ਬਿਮਾਰੀ ਹੈ, ਯੇਸ਼ੂ ਦਾ ਨਾਮ ਤਾਂ ਸਾਡੇ ਵਿੱਚੋਂ ਨਿਕਲ ਜਾਵੇ, ਯੇਸ਼ੂ ਦਾ ਨਾਮ 'ਤੇ ਨਿਕਲ ਜਾਵੇ। ਅਤੇ ਜੋ ਵੀ ਮੈਂ ਵਿਸ਼ਵਾਸ ਦਾ ਵਰਦਾ ਨਹੀਂ ਹੈ, ਉਹਨਾਂ ਸਾਰਿਆਂ ਨੂੰ ਵਿਸ਼ਵਾਸ ਦਾ ਵਰਦਾਨ ਦੇ, ਵਿਸ਼ਵਾਸ ਦਾ ਵਰਦਾਨ ਦੇ, ਇਮਾਨ ਦਾ ਵਰਦਾਨ ਦੇ। ਇਹ ਪ੍ਰਭੂ ਯੇਸ਼ੂ, ਮੈਨੂੰ ਇਹ ਵਰਦਾਨ ਦੇ, ਜੇਕਰ ਤੂੰ ਵਿਸ਼ਵਾਸ ਕਰੇਂਗੇ, ਜੇਕਰ ਤੂੰ ਇਮਾਨ ਰੱਖੇਂਗੇ, ਤਾਂ ਚੰਗਾ ਹੀ ਪਾਵੋਂਗੇ। ਇਹੋ ਹੀ ਪ੍ਰਾਰਥਨਾ ਕਰਦੇ ਹਾਂ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਰਾਹੀਂ, ਆਮੇਨ। ਹਾਲੇਲੂਯਾ, ਸਾਰੇ ਮਿਲ ਕੇ ਹਾਲੇਲੂਯਾ, ਹਾਲੇਲੂਯਾ।